ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ, ਔਰ ਅਸੀਂ ਇਸ ਵੇਲੇ ਖੜ੍ਹੇ ਹਾਂ ਹੰਸਰਾਜ ਹੰਸ ਹੋਣਾ ਦੇ ਘਰ ਦੇ ਬਾਹਰ, ਜਿੱਥੇ ਅੱਜ ਸਵੇਰੇ 2:30 ਵਜੇ ਤਕਰੀਬਨ ਉਹਨਾਂ ਦੀ ਮਾਤਾ ਜੀ ਦਾ ਦੇਹਾਂਤ ਹੋ ਗਿਆ। ਅਤੇ ਸਵੇਰ ਤੋਂ ਹੀ ਆਪਾਂ ਦੇਖ ਰਹੇ ਹਾਂ ਕਿ ਇੱਥੇ ਜਿਹੜੇ ਪੋਲੀਟੀਸ਼ੀਅਨਸ ਦਾ ਔਰ ਸੈਲੀਬ੍ਰਿਟੀਜ਼ ਦਾ ਜਿਹੜਾ ਆਉਣਾ ਜਾਣਾ ਲੱਗਿਆ ਹੋਇਆ, ਸਾਰੇ ਹੀ ਹੰਸਰਾਜ ਹੰਸ ਜੀ ਦਾ ਜਿਹੜਾ ਉਹਨਾਂ ਦੇ ਮਾਤਾ ਜੀ ਉਹਨਾਂ ਨੂੰ ਸਦਾ ਲਈ ਵਿਛੋੜਾ ਦੇ ਗਏ ਹੈ। ਹੰਸਰਾਜ ਹੰਸ ਜੀ ਦੇ ਇਸ ਦੁੱਖ ਨੂੰ ਵੰਡਾਉਣ ਲਈ ਉਹਨਾਂ ਦੇ ਪਰਿਵਾਰਕ ਸਦੱਸਿਆਂ ਦਾ, ਸੈਲੀਬ੍ਰਿਟੀਜ਼ ਦਾ ਅਤੇ ਪੋਲੀਟੀਸ਼ੀਅਨਸ ਦਾ ਇੱਥੇ ਆਉਣਾ ਜਾਣਾ ਲੱਗਿਆ ਹੋਇਆ ਹੀ। ਸਾਰੇ ਹੀ ਵਾਰੀ ਵਾਰੀ ਜਾ ਰਹੇ ਨੇ, ਅਫਸੋਸ ਕਰਨ ਜਾ ਰਹੇ ਨੇ, ਅਫਸੋਸ ਕਰਕੇ ਆ ਰਹੇ ਨੇ, ਅਤੇ ਸਾਰੇ ਹੀ ਬਹੁਤ ਗਮਗੀਨ ਹੈ। ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ, ਮਾਹੌਲ ਇੱਥੇ ਦਾ ਬਹੁਤ ਹੀ ਗਮਗੀਨ ਆਪਾਂ ਦੇਖ ਸਕਦੇ ਹਾਂ। ਅਤੇ ਹੰਸਰਾਜ ਹੰਸ ਜੀ ਦੇ ਜਿਹੜੇ ਛੋਟੇ ਬੇਟੇ ਨੇ ਯੁਵਰਾਜ ਜੀ, ਉਹ ਵੀ ਜਿਹੜਾ ਸਵੇਰੇ ਅੱਜ ਸਵੇਰੇ ਤਕਰੀਬਨ 7 ਵਜੇ ਜਲੰਧਰ ਇੱਥੇ ਘਰ ਉਹਨਾਂ ਦੇ ਕੋਲ ਪਹੁੰਚ ਗਏ ਸੀ ਆਪਣੇ ਦਾਦੀ ਜੀ ਦੇ। ਜਦੋਂ ਉਹਨਾਂ ਨੂੰ ਦੇਹਾਂਤ ਦਾ ਪਤਾ ਲੱਗਾ ਤਾਂ ਉਹ ਦਿੱਲੀ ਤੋਂ ਇੱਥੇ 7 ਵਜੇ ਪਹੁੰਚ ਚੁੱਕੇ ਸੀਗੇ। ਅਤੇ ਹੁਣੀ ਹੁਣੀ ਕਮਲ ਹੀਰ ਜੀ, ਵੱਡੇ ਵੱਡੇ ਜਿਹੜੇ ਰਾਜਨੀਤੀ 'ਚ BJP ਦੇ ਜਿਹੜੇ ਵੱਡੇ ਲੀਡਰ ਨੇ, ਉਹ ਵੀ ਆਪਾਂ ਦੇਖਿਆ ਕਿ ਅਫਸੋਸ ਕਰਨ ਜਿਹੜੇ ਹੈ ਗਏ ਹੰਸਰਾਜ ਹੰਸ ਜੀ ਦੇ ਨਾਲ, ਉਹਨਾਂ ਦਾ ਦੁੱਖ ਵੰਡਾਉਣ ਇੱਥੇ ਪਹੁੰਚੇ ਕਮਲ ਹੀਰ ਜੀ ਆਏ। ਹਾਂਜੀ ਸਰ, ਅੱਜ ਪਰਮ ਸ਼੍ਰੀ ਹੰਸਰਾਜ ਦੇ ਮਾਤਾ ਦਾ ਜਿਹੜਾ ਹੈਗਾ, ਉਹਨਾਂ ਦੀ ਆਵਾਜ਼ ਇੱਕ ਐਸੀ ਆਵਾਜ਼ ਆ ਜਿਹੜੀ ਮੈਂ ਜਾਣੀ ਕਿ ਹੋਸ਼ ਜਦੋਂ ਦੀ ਅਸੀਂ ਸੰਭਾਲੀ ਆ, ਉਹਨਾਂ ਨੂੰ ਅਸੀਂ ਸੁਣਦੇ ਆ ਰਹੇ ਹਾਂ, ਔਰ ਇੰਨੀ ਸ਼ਿੱਦਤ ਨਾਲ ਸੁਣਿਆ, ਨੱਚਣ ਤੋਂ ਪਹਿਲਾਂ ਹੋਕਾ ਦੇਵਾਂਗੇ। ਅੱਜ ਖਬਰ ਉਹਨਾਂ ਦੇ ਮਾਤਾ ਜੀ ਦੇ ਜਾਣ ਦੀ ਖਬਰ ਆ, ਇਹ ਇੱਕ ਸਦਮੇ ਵਾਲੀ ਖਬਰ ਆ। ਦੁਨੀਆਂ ਦੇ ਵਿੱਚ ਹੋਰ ਵੀ ਰਿਸ਼ਤੇ, ਮਾਂ ਵਰਗਾ ਨਾ ਕੋਈ, ਤੇਰਾ ਨਾਮ ਰਹੇ ਮੈਨੂੰ ਯਾਦ ਸਦਾ, ਭਾਵੇਂ ਬਾਕੀ ਦੁਨੀਆ ਭੁੱਲ ਜਾਵੇ। ਸੋ ਅਸੀਂ ਉਹਨਾਂ ਦੇ ਦੁੱਖ ਦੇ ਵਿੱਚ ਸ਼ਾਮਿਲ ਹਾਂ ਤਿੰਨੋਂ ਭਾਈ, ਬਹੁਤ ਜ਼ਿਆਦਾ ਦੁੱਖ ਦੀ ਖਬਰ ਆ। ਹੰਸਰਾਜ ਹੰਸ ਜੀ ਦੇ ਗੁਰੂ ਪੂਰਨ ਸ਼ਾਹ ਕੋਟੀ ਜੀ, ਉਹਨਾਂ ਨੇ ਵੀ ਆ ਕੇ ਜਿਹੜਾ ਹੈ ਹੰਸਰਾਜ ਹੰਸ ਜੀ ਨੂੰ ਆਪਣੇ ਗਲ ਨਾਲ ਲਾਇਆ ਅਤੇ ਉਹਨਾਂ ਦਾ ਦੁੱਖ ਵੰਡਾਇਆ। ਮੈਨੂੰ ਵੀ ਬਹੁਤ ਦੁੱਖ ਬਹੁਤ ਧੱਕਾ ਹੋਇਆ, ਅਤੇ ਦਿਲ ਕਰਦਾ ਕਿ ਇਹ ਮਰਨ ਬਣੇ ਹੀ ਨਾ। ਮੈਂ ਇੱਦਾਂ ਚਾਹੁੰਦਾ ਕਿ ਮਰਨ ਤਾਂ ਬਣਨਾ ਹੀ ਨਹੀਂ ਚਾਹੀਦਾ, ਪਰ ਉਹਦੀ ਮੌਜ ਮਰ ਸੀ ਅਤੇ ਕਰ ਨਹੀਂ ਸਕਦੇ ਆਪਾਂ। ਮੈਨੂੰ ਬੜਾ ਦੁੱਖ ਹੋਇਆ, ਮੇਰੀ ਮਾਂ ਸੀ, ਮੈਨੂੰ ਬਹੁਤ ਪਿਆਰ ਕੀਤਾ। ਹੋਰ ਲੇਟੈਸਟ ਅਪਡੇਟਸ ਲਈ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ, ਕੈਮਰਾਮੈਨ ਵਰਿੰਦਰ ਕੁਮਾਰ ਦੇ ਨਾਲ ਨਯਨ ਅਵਸਥੀ, ਦੈਨਿਕ ਸਵੇਰਾ ਟੀਵੀ ਜਲੰਧਰ।